ਬਾਦਸ਼ਾਹ ਪੰਬੋਰ ਦੇ ਘਰ ਇੱਕ ਬੱਚੀ ਜਨਮ ਲੈਂਦੀ ਹੈ ਅਤੇ ਬਾਦਸ਼ਾਹ ਪੰਬੋਰ ਉਹਨੂੰ ਕੁਛ ਜੋਤਸ਼ੀਆਂ ਦੇ ਕਹਿਣ 'ਤੇ ਨਦੀ 'ਚ ਰੋੜ ਆਉਂਦਾ। ਜਦੋਂ ਬੱਚੀ ਵੱਡੀ ਹੁੰਦੀ ਹੈ ਤਾਂ ਬਾਦਸ਼ਾਹ ਦੇ ਦਰਬਾਰ ਪਹੁੰਚਦੀ ਹੈ। ਬਾਦਸ਼ਾਹ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਤਾਂ ਕੀ ਕਹਿੰਦੀ ਹੈ? ਵੇ ਹੱਥੀ ਬਾਬੁਲਾ, ਵੇ ਹੱਥੀ ਬਾਬੁਲਾ, ਹੱਥੀ ਬਾਬੁਲਾ ਨਦੀ ਦੇ ਵਿੱਚ ਰੋੜ ਕੇ ਹੈ, ਹੁਣ ਕਿਉਂ ਮੇਰਾ ਸਾਗ ਮੰਗਣਾ ਵੇ ਹੱਥੀ ਬਾਬੁਲਾ, ਵੇ ਹੱਥੀ ਬਾਬੁਲਾ ਨਦੀ ਦੇ ਵਿੱਚ ਰੋੜ ਕੇ ਹੈ, ਹੁਣ ਕਿਉਂ ਮੇਰਾ ਸਾਗ ਮੰਗਣਾ ਵੇ ਹੱਥੀ ਸੰਦੂਖ ਦੇ ਪਾਇਆ ਬੰਦ ਕਰਕੇ ਜਿੰਦ ਰਾਹ ਲਾਇਆ, ਮੈਨੂੰ ਵਿੱਚ ਸੰਦੂਖ ਦੇ ਪਾਇਆ ਬੇ ਬੰਦ ਕਰਕੇ ਜਿੰਦ ਰਾਹ ਲਾਇਆ, ਵੇ ਉਦੋਂ ਆ ਗਏ ਸੈ ਨਦੀ ਵਿੱਚ ਰੋੜ ਕੇ, ਹੁਣ ਕਿਉਂ ਮੇਰਾ ਸਾਗ ਮੰਗਣਾ ਵੇ ਹੱਥੀ ਬਾਬੁਲਾ, ਹੱਥੀ ਬਾਬੁਲਾ, ਹੋ ਹੱਥੀ ਬਾਬੁਲਾ। ਸ਼ਹਿਰ ਪੰਬੋਰ ਦਾ ਧੀ ਨੂੰ ਪਾ ਕੇ ਡੋਲੀ ਦੇ ਵਿੱਚ ਤੋਰਦਾ, ਵੇ ਤੂੰ ਬਾਦਸ਼ਾਹ ਸੀ ਸ਼ਹਿਰ ਪੰਬੋਰ ਦਾ ਧੀ ਨੂੰ ਪਾ ਕੇ ਡੋਲੀ ਦੇ ਵਿੱਚ ਤੋਰਦਾ, ਤੇਰੀ ਵਸੇ ਪੰਬੋਰ ਦੀ ਸ਼ਾਹੀ ਮੇਰੀ ਜਾਨ ਦੁੱਖਾਂ ਵਿੱਚ ਪਾਈ, ਤੇਰੀ ਵਸੇ ਪੰਬੋਰ ਦੀ ਸ਼ਾਹੀ ਮੇਰੀ ਜਾਨ ਦੁੱਖਾਂ ਵਿੱਚ ਪਾਈ, ਵੇ ਮੈਂ ਤਾਂ ਰੋਨੀ ਆ ਮੱਥੇ ਤੇ ਹੱਥ ਜੋੜ ਕੇ, ਹੁਣ ਕਿਉਂ ਮੇਰਾ ਸਾਗ ਮੰਗਣਾ ਵੇ ਹੱਥੀ ਬਾਬੁਲਾ, ਹੱਥੀ ਬਾਬੁਲਾ ਨਦੀ ਦੇ ਵਿੱਚ ਰੋੜ ਕੇ, ਹੁਣ ਕਿਉਂ ਮੇਰਾ ਸਾਗ ਮੰਗਣਾ ਸੀ ਗੁਰੂ, ਐਡੀ ਕਿਹੜੀ ਮੈਂ ਮਜਬੂਰ ਵੇ ਤੈਨੂੰ ਕਿਹੜਾ ਸੀ ਗੁਰੂਰ, ਉਦੋਂ ਆ ਗਿਆ ਨਦੀ ਵਿੱਚ ਰੋੜ ਕੇ, ਹੁਣ ਕਿਉਂ ਮੇਰਾ ਸਾਗ ਮੰਗਣਾ ਵੇ ਹੱਥੀ ਬਾਬੁਲਾ, ਹੱਥੀ ਬਾਬੁਲਾ ਨਦੀ ਦੇ ਵਿੱਚ ਰੋੜ।